BMW ਗੱਡੀ ਵਾਲੇ ਵੱਲੋਂ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਹਿਮਾਂਸ਼ੂ ਮਿੱਤਲ ਨੂੰ ਪਟਿਆਲਾ ਕੋਰਟ ਵਿੱਚ ਪੇਸ਼ ਕੀਤਾ, ਜਿੱਥੇ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਹਿਰਾਸਤ ਵਿੱਚ ਭੇਜਣ ਤੋਂ ਬਾਅਦ ਪੁਲਿਸ ਨੇ ਹਿਮਾਂਸ਼ੂ ਦਾ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਮੈਡੀਕਲ ਕਰਾਇਆ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਕੋਰਟ ਨੇ 12 ਜੁਲਾਈ ਤੱਕ ਇਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਰ ਦੱਸੋ ਅੱਜ ਕੋਰਟ ਵਿੱਚ ਪੇਸ਼ ਕੀਤਾ ਸੀ, ਕੀ ਬਣਿਆ? ਪੁਲਿਸ ਵੱਲੋਂ ਮੰਗਿਆ ਜੀ ਅਦਾਲਤ ਨੂੰ। ਕਿੰਨੇ ਦਿਨਾਂ ਲਈ ਭੇਜੀ? 12 ਦਿਨ ਲਈ। 12 ਤਰੀਕ ਤੱਕ ਜੀ। ਅਤੇ ਹੁਣ ਇਹਨਾਂ ਨੂੰ ਕਿੱਥੇ ਮੈਡੀਕਲ ਕਰਾਉਣ ਲੈ ਕੇ? ਪਟਿਆਲਾ ਤੋਂ SM1 ਨਿਊਜ਼ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ।